ਆ ਜਾ ਕਰਮ ਵਾਲੇ ਆ ਜਾ ਕਰਮ ਵਾਲੇ ਇਹਦੀ ਮਾਂ ਨੂੰ ਲਿਆ ਫੜ ਕੇ ਹਲਿਆਰਾ ਲਾ ਇਹ ਜੀ ਪਿਓਰ ਸਾਹੀਵਾਲ ਦੀ ਬਰੀਡ ਆ ਜੀ ਇਹ ਪ੍ਰੂਵਨ ਬੁੱਲ ਆ ਜੀ ਰੈੱਡ ਬੁੱਲ ਰੈੱਡ ਬੁੱਲ ਕਿੱਥੋਂ ਆ ਗਿਆ ਸਾਹੀਵਾਲ ਦਾ ਬੁੱਲ ਆ ਇਹ ਸਾਹੀਵਾਲ ਦਾ ਪਿਓਰ ਨਸਾ ਲੈਣਾ ਪਿਓਰ ਸਾਹੀਵਾਲ ਇਹ ਜੀ ਪ੍ਰੂਵਨ ਬੁੱਲ ਆ ਇਹਦੀਆਂ ਪਿਛਲੀਆਂ 5 ਨਸਲਾਂ ਦਾ ਰਿਕਾਰਡ ਆ ਸਾਡੇ ਕੋਲ ਕਿੰਨਾ ਕਿੰਨਾ ਦੁੱਧ ਕਰਦੀ ਹਾਂ ਇਹਦੀ ਮਾਂ ਪਿਛਲੇ ਸਾਲ ਅਕਤੂਬਰ ਦੇ ਵਿੱਚ ਸੂਈ ਸੀ ਜੀ ਇੱਥੇ ਖਲੋਤੀ ਆ ਲੈ ਕੇ ਆਓ ਜੀ ਮਾਂ ਫੜ ਕੇ ਇੱਥੇ ਔਰ ਇਹਦੀ ਮਾਂ ਦਾ 12 ਲੀਟਰ ਦੁੱਧ ਇੱਕ ਟਾਈਮ ਦਾ ਇਹ ਮੈਂ ਆਪਣੇ ਹੱਥਾਂ ਨਾਲ ਚੋਇਆ ਪਿਛਲੇ ਸਾਲ ਜਦੋਂ ਮੈਂ ਛੁੱਟੀ ਆਇਆ ਸੀ ਮੈਂ ਜੀ ਹਾਂਗਕਾਂਗ ਦੇ ਵਿੱਚ ਹੁੰਦਾ ਜੀ ਪਿਛਲੇ 24 ਸਾਲ ਤੋਂ ਔਰ ਸਾਡਾ ਖਾਨਦਾਨ ਤਕਰੀਬਨ ਕੋਈ 200-250 ਆਦਮੀ ਆ ਅਸੀਂ ਪੂਰੇ ਖਾਨਦਾਨ ਦੇ ਹਾਂਗਕਾਂਗ ਦੇ ਵਿੱਚ ਰਹਿੰਦੇ ਹਾਂ ਸਾਡੇ ਬਜ਼ੁਰਗ ਉੱਥੇ ਪੁਲਿਸ ਦੇ ਵਿੱਚ ਅਫੀਸਰ ਸੀ ਹੋਰ ਤੁਸੀਂ ਬਿਜ਼ਨਸ ਕਰ ਰਹੇ ਹੋ ਉੱਥੇ ਜੀ ਮੈਂ ਲਿਟੀਗੇਸ਼ਨ ਦਾ ਕੰਮ ਕਰਨਾ ਲਾ ਫਰਮ 'ਚ ਤੁਹਾਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਸ਼ੌਕ ਹੈ ਮਾਸ਼ਾਅੱਲਾ ਜੀ ਇਹ ਤਾਂ ਫਿਰ ਇਹ ਤਾਂ ਵੇਖ ਲਓ ਜੀ ਕਿ ਅਸੀਂ ਕੰਮ ਉੱਥੇ ਕਰ ਰਹੇ ਹੁੰਦੇ ਹਾਂ ਅਤੇ ਰੂਹ ਸਾਡੀ ਇੱਥੇ ਹੁੰਦੀ ਹੈ ਪੂਰਾ ਲਿਆ ਅਤੇ ਲਿਆਰਾ ਪਾ ਕੇ ਲਿਆ ਸਰ ਜੀ ਕਿਤਨੇ ਟੋਟਲ ਜਾਨਵਰ ਹਨ ਤੁਹਾਡੇ ਫਾਰਮ ਵਿੱਚ ਸਾਡੇ ਕੋਲ ਪਿਛਲੇ ਦਿਨਾਂ 450 ਤੋਂ ਉੱਤੇ ਹਨ ਜੀ ਬੋਰਡ ਅਸਾਂ ਹੋਰ ਵੀ ਪਰਚੇਸ ਕੀਤੇ ਨੇ ਜੀ ਛੋਟੇ ਵੱਡੇ ਛੋਟੇ ਵੱਡੇ 450 ਤੋਂ ਉੱਤੇ ਅੱਛਾ ਜਿਹੜੇ ਮੱਝਾਂ ਨੇ ਉਹ ਵਿੱਚ ਪਾ ਕੇ ਜਾਂ ਉਸ ਤੋਂ ਲੈਦਾ ਮੱਝਾਂ ਵਿੱਚੇ ਪਾ ਕੇ ਜੀ ਟੋਟਲ ਸਾਡੇ ਕੋਲ ਤਕਰੀਬਨ 450 ਤੋਂ ਉੱਤੇ ਨੇ ਹਾਂਜੀ ਜਲਦੀ ਲਾਇਆ ਸਰ ਮੁਖਤਾਰ ਸਾਹਿਬ ਬਣਾਓ ਨਾ ਜੀ ਇਹਦਾ ਉਹਨਾਂ ਨੂੰ ਵੀ ਇੱਥੋਂ ਦੁੱਧ ਦਾ ਹਿੱਸਾ ਜਾਂਦਾ ਇੱਥੋਂ ਐਨੀਮਲ ਜਾਂਦੇ ਨੇ ਇਹ ਸਾਡਾ ਜੀ ਹੈ ਜੀ ਚਨਿਓਟ ਰੋਡ ਦੇ ਉੱਤੇ ਜੀ ਹੁਣ ਤਾਂ ਇਹ ਸਾਡਾ ਇਹ ਸੱਦਿਆ ਜਾਂਦਾ ਜੀ ਚਨਿਓਟ ਜੰਗ ਤੋਂ ਨਿਕਲੀਏ ਚਨਿਓਟ ਜਾਈਏ ਤਾਂ 32 ਕਿਲੋਮੀਟਰ ਦੇ ਉੱਤੇ ਸਕੂਲ ਖਾਨੋਂ ਆਉਣਾ ਜੀ ਮੋਜ਼ਾ ਬੋਚਰਾ ਜੀ ਅਤੇ ਇਹ ਮੇਰੀ ਕੋਈ ਔਕਾਤ ਨਹੀਂ ਹੈ ਵੀ ਇਹ ਮੇਰੀ ਵਜ੍ਹਾ ਤੋਂ ਹੋ ਗਿਆ ਇਹ ਅੱਲਾ ਦਾ ਕੋਈ ਖਾਸ ਕਰਮ ਹੋਇਆ ਜੀ ਰਿਜ਼ਕ ਹਲਾਲ ਕਮਾਇਆ ਇਹ ਵੇਖ ਲਓ ਅੱਲਾ ਨੇ ਰੰਗ ਲਾ ਦਿੱਤੇ ਸਰ ਤੁਹਾਨੂੰ ਇਸ ਸਾਹੀਵਾਲ ਨਾਲ ਕਿਹੜੀ ਨਸਲ ਨਾਲ ਜ਼ਿਆਦਾ ਪਿਆਰ ਹੈ ਯਾਨੀ ਕਿ ਮੈਨੂੰ ਹਰ ਉਹ ਨਸਲ ਨਾਲ ਪਿਆਰ ਹੈ ਜਿਹੜੀ ਇੱਕ ਸਾਡੇ ਮੁਲਕ ਦਾ ਸਰਮਾਇਆ ਜਿਹੜੀ ਲੋਕ ਇਸ ਇੱਥੋਂ ਖਤਮ ਕਰਨਾ ਚਾਹੁੰਦੇ ਆ ਮੈਂ ਇਸ 'ਤੇ ਵਰਕ ਕਰਨਾ ਚਾਹੁੰਦਾ ਹਰ ਉਹ ਮੱਝ ਹੁਣ ਅਸੀਂ ਮੱਝਾਂ ਪਰਚੇਸ ਕੀਤੀਆਂ ਨੇ ਜੀ ਉਹ ਆਪਣਾ ਨੀਲੀ ਦੀਆਂ ਰਾਵੀ ਦੀਆਂ ਲੇਕਿਨ ਜਿਹੜੀ ਸਾਡੀ ਆਪਣੀ 40 ਸਾਲ ਦੀ ਜਿਹੜੀ ਸਾਡੀ ਪੁਰਾਣੀ ਬਰੀਡ ਹੈ ਨਾ ਜੀ ਲੋਕ ਆਖਦੇ ਨੇ ਜੀ ਕਿ 12 ਲੀਟਰ ਜਿਹੜੀ ਮੱਝ ਦੁੱਧ ਦਿੰਦੀ ਉਹ ਬੜੀ ਮੱਝ ਹੈ ਨੀਲੀ ਦੀ ਸਾਡੀਆਂ ਮੱਝਾਂ ਖਲੋਤੀਆਂ ਨੇ ਜਿਹੜੀਆਂ 18 ਲੀਟਰ ਪਹਿਲਣਾ ਦਿੰਦੀਆਂ ਨੇ ਦੋ ਟਾਈਮ ਇਹ 40 ਸਾਲ ਦਾ ਸਾਡਾ ਬੁੱਲ ਇਹ ਚੱਲੇ ਆ ਰਹੇ ਨੇ ਔਰ ਸਾਨੂੰ ਇਸ ਇਲਾਕੇ ਦੇ ਵਿੱਚ ਸਾਨੂੰ ਸੱਦੇ ਵੀ ਲੋਕ ਛੱਡਿਆਂ ਵਾਲੇ ਨੇ ਹੈ ਜੀ ਅਸੀਂ ਇੱਕ ਚੰਗਾ ਬੁੱਲ ਰੱਖਦੇ ਹਾਂ ਲੇਕਿਨ ਮੈਂ ਇਸ ਨੂੰ ਆਉਣ ਵਾਲੇ 2 ਸਾਲ ਤੋਂ ਬਾਅਦ ਮੈਂ ਵਾਪਸ ਆ ਰਿਹਾ ਔਰ ਇਸ ਫਾਰਮ ਨੂੰ ਪ੍ਰਮੋਟ ਕਰਨਾ ਔਰ ਇਸ ਇਲਾਕੇ ਦੇ ਵਿੱਚ ਮੈਂ ਚੈਲੰਜ ਕਰਾਂਗਾ ਰਾਵੀ ਨੂੰ ਅਤੇ ਨੀਲੀ ਨੂੰ ਮੈਂ ਚੈਲੰਜ ਕਰਾਂਗਾ ਕਿ ਜੰਗ ਦੀ ਜਿਹੜੀ ਬਰੀਡ ਹੈ ਉਸ ਦੇ ਨਾਲ ਨਾ ਕੋਈ ਨੀਲੀ ਨਾ ਕੋਈ ਕੁੰਡੀ ਨਾ ਕੋਈ ਰਾਵੀ
ਜਿਹੜੀਆਂ ਅਸਲ ਚਾਚੂ ਜੀ ਤੁਹਾਨੂੰ ਮੰਨਣੀ ਪੈਣੀ ਕਿ ਅਸਲ ਨੀਲੀ ਦੀ ਮੈਂ ਕੋਈ ਦਿੰਦਾ ਨਹੀਂ ਤਾਂ ਪਹਿਲੀ ਗੱਲ ਤੇ ਅਸਲ ਨੀਲੀ ਦੀ ਮੈਂ ਲੱਭ ਜਾਇਆ ਤਾਂ ਉਹਦੇ ਰੰਗਾ ਕਿਸੇ ਮੈਂ ਨੇ ਅੱਜ ਤੱਕ ਰਿਕਾਰਡ ਹੀ ਨਹੀਂ ਕਾਇਮ ਕੀਤਾ। ਓਕੇ ਜੀ ਨਹੀਂ ਪੁੱਤਰ ਮੱਝੀ ਸਾਡੇ ਇਲਾਕੇ ਦੀਆਂ ਤਾਂ ਦੇਰ ਦਿੰਦੀਆਂ। ਗੱਲ ਇਹ ਹੈ ਜੀ ਬੜੀਆਂ ਬੜੀਆਂ ਯੂਟਿਊਬ 'ਤੇ ਆਈਆਂ ਨੇ ਮੱਝਾਂ ਇਹ ਜੀ 5 ਲੱਖ ਦੀ, ਇਹ 7 ਲੱਖ ਦੀ, 8 ਲੱਖ ਦੀ, ਆਖਿਰ ਵਿਕੀਆਂ ਨੇ ਸਾਡੇ ਇਲਾਕੇ ਦੇ ਵਿੱਚ ਹੈ ਇੱਥੇ ਆਪਣਾ ਅੱਛੂ ਉਹ ਆਪਣਾ ਦੂਸਰਾ ਬਲੋਚ ਇਹ ਸਾਡੇ ਨਾਲ ਹੀ ਮੋਚੀ ਵਾਲਾ ਇੱਥੋਂ ਦੇ ਨੇ ਉਹਨਾਂ ਕੋਲ ਬਹੁਤ ਆਊਟ ਕਲਾਸ ਮੱਝਾਂ ਨੇ ਉਹ ਵਿਕ ਕੇ ਗਈਆਂ ਨੇ ਆਖਿਰ ਕਿਸੇ ਨੇ ਤਾਂ ਖਰੀਦੀਆਂ ਹੀ ਨੇ ਨਾ ਲੇਕਿਨ ਮੈਂ ਚੈਲੰਜ ਕਰਾਂਗਾ ਉਹਨਾਂ ਮੱਝਾਂ ਨੂੰ ਵੀ ਜਿਹੜੀ 10 ਲੱਖ ਦੀ ਮੱਝ ਵਿਕੀ ਉਸਨੂੰ ਵੀ ਮੈਂ ਚੈਲੰਜ ਕਰਾਂਗਾ ਨੀਲੀ ਦੀ ਜਿਹੜੀ ਤੇਰੀ ਟਾਪ ਦੀ ਬਰੀਡ ਹੈ ਮੈਂ ਚੈਲੰਜ ਕਰਾਂਗਾ ਉਸਨੂੰ। ਜਾ ਸਰ ਮਾਸ਼ਾਅੱਲਾ ਤੁਹਾਡੇ ਕਾਫੀ ਸਾਰੇ ਫਾਰਮ ਹਨ ਇਹਦੇ ਵਿੱਚ ਸਭ ਤੋਂ ਜ਼ਿਆਦਾ ਤੁਸੀਂ ਕਿਹੜੀ ਨਸਲ ਦੇ ਜਾਨਵਰ ਪਾਏ ਹੋਏ ਨੇ? ਸਾਡੇ ਕੋਲ ਪਹਿਲੇ ਤਾਂ ਹਾਈ ਆਮ ਜਿਹੜੀ ਹੈ ਨਾ ਇਸ ਇਲਾਕੇ ਦੀ ਬਰੀਡ ਜਿਹੜੀ ਉਸੇ ਨੂੰ ਅਸਾਂ ਪ੍ਰਮੋਟ ਕੀਤਾ ਅੱਛਾ ਬੁੱਲ ਰੱਖ ਕੇ ਉਸ ਨੂੰ ਅਸਾਂ ਪ੍ਰਮੋਟ ਕੀਤਾ ਜੀ ਤੇ ਮੱਝਾਂ ਜਿਹੜੀਆਂ ਸਾਡੀਆਂ ਪੁਰਾਣੀਆਂ ਇਸ ਜੰਗ ਦੀਆਂ ਨੇ ਉਸ ਨੂੰ ਅਸੀਂ ਮਜ਼ੀਦ ਪ੍ਰਮੋਟ ਕਰ ਰਹੇ ਹਾਂ ਉਹਦਾ ਜਿਹੜਾ ਵੱਛਾ ਦੂਸਰਾ ਕੱਟਾ ਜੰਮ ਰਿਹਾ ਉਹਨੂੰ ਅਸੀਂ ਸੇਲ ਨਹੀਂ ਕਰ ਰਹੇ ਉਸਨੂੰ ਬੁੱਲ ਤਿਆਰ ਕਰਕੇ ਦੇ ਰਹੇ ਹਾਂ ਅਸੀਂ। ਅਸਲ ਤਾਂ ਚੀਜ਼ ਨਸਲ ਐਵੇਂ ਤਿਆਰ ਮੇਨ ਚੀਜ਼ ਹੈ ਕਿ ਇਹ ਜਿਹੜਾ ਨਾ ਪੈਸੇ ਤਾਂ ਅਸੀਂ ਬੜੇ ਵੱਟ ਸਕਦੇ ਹਾਂ ਜੀ ਲੇਕਿਨ ਸਾਡਾ ਪੈਸਾ ਵੱਟਣ ਮਕਸੂਦ ਨਹੀਂ। ਹੁਣ ਮਾਸ਼ਾਅੱਲਾ ਅਲਹਮਦੁਲਿਲਾ ਮੇਰੀ ਐਵਰੇਜ ਇਨਕਮ ਜਿਹੜੀ ਹੈ ਨਾ ਤਕਰੀਬਨ 80 ਲੱਖ ਤੋਂ ਉੱਤੇ ਵੇ ਬਾਹਰ ਹਾਂਗਕਾਂਗ ਦੇ ਵਿੱਚ ਐਵਰੇਜ ਇਨਕਮ ਜਿਹੜੀ ਮੇਰੀ ਹੈ ਨਾ ਸਾਲ ਦੀ ਪਰ ਮੰਥ 80 ਲੱਖ ਤੋਂ ਉੱਤੇ ਮਾਸ਼ਾਅੱਲਾ। ਸਰ ਜੀ ਫਾਰਮ ਦੀ ਕਿੰਨੀ ਤੁਸੀਂ ਐਵਰੇਜ ਕੱਢ ਰਹੇ ਹੋ? ਮੈਂ ਤੁਹਾਨੂੰ ਦੱਸਦਾ ਨਾ ਜੀ ਫਿਲਹਾਲ ਤਾਂ ਇਹ ਸਾਡਾ ਕੋਈ 21 ਲੱਖ ਦਾ ਦੁੱਧ ਵਿਕਦਾ ਜੀ ਹੁਣ ਮਹੀਨੇ ਦੇ ਵਿੱਚ ਇਸ ਦਾ। ਲੇਕਿਨ ਅਸੀਂ ਤੁਹਾਨੂੰ ਮੈਂ ਦੱਸਿਆ ਕਿ ਉਹ ਅਸੀਂ ਬੱਚਿਆਂ ਦਾ ਜ਼ਿਆਦਾ ਪਿਆਰ ਕਰ ਰਹੇ ਹਾਂ ਤੁਸੀਂ ਹੁਣ ਬੱਚੇ ਵੇਖੇ ਨੇ ਜੀ ਜੀ ਬਿਲਕੁਲ ਬੱਚਿਆਂ ਦਾ ਦੁੱਧ ਨਹੀਂ ਅਸੀਂ ਮਾਰ ਰਹੇ ਜੀ ਬਿਲਕੁਲ ਔਰ ਆਉਣ ਵਾਲੇ ਵਕਤ ਦੇ ਵਿੱਚ ਅਸੀਂ ਬੱਚਿਆਂ ਦਾ ਦੁੱਧ ਨਹੀਂ ਮਾਰਨਾ ਬੱਚਿਆਂ ਨੂੰ ਅੱਧਾ ਦੁੱਧ ਦੇਣਾ ਅੱਧਾ ਦੁੱਧ ਅਸਾਂ ਚੋਣਾ ਔਰ ਇਸ ਬਰੀਡ ਨੂੰ ਅਸਾਂ ਇੰਪਰੂਵ ਕਰਨਾ। ਸਰ ਇਹਦੇ ਵਿੱਚ ਤੁਸੀਂ ਯਾਨੀ ਕਿ ਪਰ ਮੰਥ 20 ਲੱਖ ਬਤਾਇਆ ਤਾਂ ਉਹਦੇ ਵਿੱਚ ਖਰਚਾ ਕਿੰਨਾ ਤੁਹਾਨੂੰ ਆ ਰਿਹਾ ਸਾਰੇ ਜਿੰਨੇ ਜਾਨਵਰ 450 ਜਾਨਵਰ ਚ ਖਰਚਾ ਸਾਡਾ ਇੱਥੇ ਹੈ ਜੀ ਤਕਰੀਬਨ 10-1 ਲੱਖ ਰੁਪਏ ਫਿਲਹਾਲ ਜਿਹੜਾ 450 ਜਾਨਵਰ ਤੇ ਖਰਚਾ। ਹਾਂ ਲੇਕਿਨ ਉਹ ਇੰਜ ਇਹ ਵੀ ਸਾਡੇ ਕੋਲ ਸੂਈਆਂ ਹੋਈਆਂ ਜਿਹੜੇ ਡੰਗਰ ਆਣ ਨਾ ਜਿਹੜਾ ਹੁਣ ਸਾਡਾ 20 ਲੱਖ ਦੀ ਇਨਕਮ ਹੈ ਉਹਦੇ ਵਿੱਚ ਸਾਡਾ ਤਕਰੀਬਨ ਕੋ 80 ਕੁ ਡੰਗਰ ਆਣ ਸੂਏ ਹੋਏ ਜੀ 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 ਠੀਕ ਹੈ। ਹੁਣ ਮਾਸ਼ਾਅੱਲਾ ਇਸ ਵੇਲੇ ਕੋ ਤਕਰੀਬਨ 57 ਗਾਵਾਂ ਨੇ ਜਿਹੜੀ ਹੈ ਨਾ ਹੁਣ ਤਿਆਰ ਹੈ ਸੋਨੇ ਵਾਲੀ ਕੋ 37 ਮੱਝਾਂ ਨੇ ਹੁਣ ਤਿਆਰ ਸੋਨੇ ਵਾਲੀਆਂ ਤੇ ਇਟ ਮੀਨ ਕਿ ਇਹ ਜਦੋਂ ਹੁਣ ਤਿਆਰ ਹੋ ਜਾਣਗੀਆਂ ਤਾਂ ਸਾਡੀ ਇਨਕਮ ਵਿੱਚ 40 ਲੱਖ ਤੋਂ ਉੱਤੇ ਟੱਪ ਜਾਏਗੀ। ਕਿੰਨੇ ਜਾਨਵਰ ਦੁੱਧ ਦੇ ਰਹੇ ਕਿਤਨੇ ਸਟਾਰਟਿੰਗ ਕਿੰਨੇ ਦਾ ਕੀਤਾ ਸੀ? ਸਟਾਰਟਿੰਗ ਤਾਂ ਜਿਵੇਂ ਇਸ ਇਲਾਕੇ ਦੇ ਵਿੱਚ ਹਾਂਜੀ ਆ ਫੋਨ ਪੜ ਲਾ ਸਰ ਜੀ ਜਿਹੜਾ ਤੁਸੀਂ ਖਲ ਚੁੱਕਰ ਵੰਡਾ ਤੁਸੀਂ ਲੈ ਕੇ ਆ ਰਹੇ ਹੋ ਜਾਂ ਖੁਦ ਤਿਆਰ ਕਰ ਰਹੇ ਹੋ? ਅਸੀਂ ਖਲ ਭਾਈ ਮੇਰੇ ਆਪਣੀ ਤਿਆਰ ਕਰ ਰਹੇ ਹਾਂ ਇੱਥੇ ਜੀ। ਅਸੀਂ ਮਟੀਰੀਅਲ ਖਰੀਦਦੇ ਹਾਂ ਜ਼ਿਆਦਾਤਰ ਮਟੀਰੀਅਲ ਮੱਕੀ ਗੰਦਮ ਇਹ ਸਾਡੀ ਆਪਣੀ ਹੋ ਜਾਂਦੀ ਹੈ ਠੀਕ ਹੈ। ਸ਼ੀਰਾ ਵਿੱਚ ਅਸੀਂ ਇੱਥੋਂ ਲੈਂਦੇ ਹਾਂ ਰਮਜ਼ਾਨ ਸ਼ੂਗਰ ਵਾਲਿਆਂ ਕੋਲੋਂ ਅਤੇ ਬਾਕੀ ਅਸੀਂ ਇੱਥੋਂ ਮਟੀਰੀਅਲ ਪਰਚੇਜ਼ ਕਰਦੇ ਹਾਂ। ਤੋਰੀਆ ਅਸੀਂ ਜਿਹੜਾ ਨਹੀਂ ਹੈ ਜਿਹੜਾ ਸਰੋਂ ਦੀ ਉਹ ਅਸੀਂ ਆਪਣਾ ਤੇਲ ਤਿਆਰ ਕਰਕੇ ਇੱਥੇ ਸਪੈਲਰ ਅਸਲ ਆਇਆ ਆਪਣਾ ਅਸਾਂ ਵੰਡਾ ਤਿਆਰ ਕਰਦੇ ਹਾਂ ਜਿਹੜਾ ਹੈਲਦੀ ਵੰਡਾ ਹੁਣ ਮਾਲ ਨੂੰ ਸੈਲਜ ਜ਼ਿਆਦਾ ਗਰਮੀ ਹੈ ਹੁਣ 2 ਦਿਨ ਸੈਲਜ ਦੀ ਛੁੱਟੀ ਕਰਨੀ ਹੈ ਹੁਣ ਅਸੀਂ ਹਰਾ ਪੱਠਾ ਪਾਉਣਾ ਅਸੀਂ ਇਹਨਾਂ ਦਾ ਇਨਵਾਇਰਮੈਂਟ ਵੇਖ ਕੇ ਅਸੀਂ ਉਸ ਨੂੰ ਚੇਂਜ ਕਰਦੇ ਰਹਿੰਦੇ ਹਾਂ। ਅੱਛਾ ਸਰ ਜੇ ਕੰਮ ਕਰ ਰਿਹਾ ਜੇ ਇਹਦੇ 'ਚ ਮਕਸਦ ਕੰਮ ਕਰਨ ਦਾ ਇਹਦੇ 'ਚ ਕੰਮ ਅੱਛਾ ਹੈ ਕਿ ਕਿਸ ਤਰੀਕੇ ਕਰਨਾ ਚਾਹੀਦਾ?
ਸਰ ਉਹ ਮੇਰੀ ਗੱਲ ਵਿੱਚ ਰਹਿ ਗਈ ਸੀ, ਉਹ ਤੁਸੀਂ ਨਵਾਂ ਸਵਾਲ ਕਰ ਲਿਆ ਸੀ, ਇੱਧਰ ਲਿਆਓ ਸਰ। ਅੱਲਾ ਦਾ ਹੈ ਹੁਕਮ ਨਾ ਜੀ, ਰਿਜ਼ਕ ਹਲਾਲ ਇਹਨਾਂ ਦੇ ਵਿੱਚੋਂ ਕਮਾ ਕੇ ਨਾ, ਇਹ ਜਿਹੜਾ ਬੁੱਲ ਵੇਖਦੇ ਪਏ ਹੋ ਇਸੇ ਦੇ ਵਿੱਚੋਂ ਕਮਾਈ ਕਰਕੇ ਇਹ ਅੱਗੇ ਦੀ ਨਸਲ ਵਧਾ ਕੇ ਅਲਹਮਦੁਲਿਲਾ ਸਾਡਾ ਵੀ ਖਾਬ ਹੈ, ਰਿਜ਼ਕ ਹਲਾਲ ਕਮਾ ਕੇ ਅਸੀਂ ਵੀ ਜਹਾਜ਼ ਲੈਣਾ ਆਪਣਾ। ਜੀ ਜੀ ਬਿਲਕੁਲ, ਅੱਗੇ ਤੁਸੀਂ ਵੇਖ ਲਵੋ ਹੁਣ ਕਿ ਇਹ ਅੱਗੇ ਅਸੀਂ ਇਹਨੂੰ ਕੀ ਕਰਨਾ, ਅਸੀਂ ਵੀ ਹਵਾਈ ਜਹਾਜ਼ ਖਰੀਦਣਾ। ਚਾਚਾ ਜੀ ਇਹਨਾਂ ਕੋਲ ਬਿਜ਼ਨਸ ਅੱਛਾ ਹੈ ਭਾਈ ਮੇਰੇ, ਮੇਰੀ ਗੱਲ ਸੁਣੋ, ਜਦੋਂ ਸਾਡੇ ਕੋਲ ਇੱਕ ਕਿੱਲਾ ਜ਼ਮੀਨ ਆਈ ਨਾ ਇੱਥੇ ਸਾਡੇ ਇੱਥੇ ਨਾਲ ਹੀ 2 ਕਿਲੋਮੀਟਰ 'ਤੇ ਸਕੂਲ ਹੈ ਜੀ, ਉਹ ਟਾਟਾਂ 'ਤੇ ਬਹਿ ਕੇ ਅਸੀਂ ਪੜ੍ਹਦੇ ਹੁੰਦੇ ਸੀ, ਉਹ ਸਾਡੇ ਉਸਤਾਦ ਪੁੱਛਦੇ ਸੀ ਸਾਰੇ ਬੱਚਿਆਂ ਕੋਲੋਂ, ਤੁਸੀਂ ਕੀ ਬਣਨਾ ਜੀ, ਉਹ ਕੋਈ ਆਖੇ ਜੀ ਮੈਂ ਕਲਿੰਡਰ ਬਣਨਾ, ਅਤੇ ਕੋਈ ਆਖੇ ਮੈਂ ਡਾਕਟਰ ਬਣਨਾ, ਅਤੇ ਕੋਈ ਆਖੇ ਜੀ, ਉਹ ਮੈਂ ਆਖਿਆ ਯਾਰ ਮੈਂ ਤਾਂ ਬੜਾ ਆਦਮੀ ਬਣਨਾ। ਉਸ ਆਖਿਆ ਬੜਾ ਆਦਮੀ ਕਿਵੇਂ ਬਣ ਸੇ, ਮੈਂ ਆਖਿਆ ਯਾਰ ਮੈਂ ਕੋਈ ਹੋ ਜਾ ਬੜਾ ਆਦਮੀ ਬਣ ਸਕੋ, ਕੰਮ ਚੰਗੇ ਕਰਸਾਂ। ਉਸ ਆਖਿਆ ਉਹ ਬਈ ਤੇਰੇ ਕੋਲ ਤਾਂ ਗੁੰਜਾਇਸ਼ ਕੋਈ ਨਹੀਂ, ਕਿਹਦੂ ਬਣ ਸੇ, ਮੈਂ ਆਖਿਆ ਅੱਲਾ ਦੇ ਸੀ, ਅੱਲਾ ਦੇ ਹੁਕਮ ਨਾਲ ਇਹਨਾਂ ਦੀ ਅਸੀਂ ਮਿਹਨਤ ਕਰਾਂਗੇ, ਅਤੇ ਇਹ ਆਪਣਾ ਇਹਦੇ ਵਿੱਚੋਂ ਇਜਾਜ਼ ਖਰੀਦਾਂਗੇ ਇਨਸ਼ਾਅੱਲਾਹ। ਇਸ ਇਲਾਕੇ ਦੀ ਆਵਾਮ ਨੂੰ ਇਸ ਜਹਾਜ਼ ਤੇ ਚੜਾਵਾਂਗੇ ਅੱਲਾ ਦੇ ਹੁਕਮ ਨਾਲ, ਸਾਡੀ ਦੁਆ ਅੱਲਾ ਪਾਕ ਬਹੁਤ ਹੈ ਸਾਡੇ ਬੰਦੇ ਨੇ ਜੀ, ਇਹ ਦੇਖੋ ਇਹ ਮੁਮਤਾਜ਼ ਹੈ ਜੀ, ਇੱਧਰ ਆਓ ਜੀ, ਆਓ ਸ਼ਫਕਤ, ਇਹ ਸ਼ਫਕਤ ਹੈ ਜੀ, ਮਾਸ਼ਾਅੱਲਾ ਬੜੀ ਕੇਅਰ ਕਰਦੇ ਨੇ, ਆਪਣੀ ਜਾਨ ਤੋਂ ਵੱਧ ਇਹ ਇਹਨਾਂ ਜਾਨਵਰਾਂ ਦੀ ਕੇਅਰ ਕਰਦੇ ਨੇ। ਹਾਂਜੀ ਇਹ ਸ਼ੁਐਬ ਹੈ ਜੀ, ਇਹ ਸ਼ੁਐਬ ਹੈ ਮਾਸ਼ਾਅੱਲਾ ਬੜੀ ਕੇਅਰ ਕਰਦਾ, ਇਹ ਬਰਵਾਣਾ ਸਾਹਿਬ ਨੇ ਜੀ ਮਾਸ਼ਾਅੱਲਾ ਇਸ ਸਟੇਟ ਦੇ ਮਾਲਕ ਨੇ ਜੀ, ਆਓ ਬਰਵਾਣਾ ਸਾਹਿਬ ਇਹਦੇ ਅੱਗੇ ਆਓ, ਇਹ ਜੀ ਜਾਨਵਰ ਇੱਥੇ ਸਾਡੇ ਕੋਲ ਇਹ ਬੰਦੇ ਸਾਡੇ ਕੋਲ ਤਕਰੀਬਨ 4 ਡਰਾਈਵਰ ਹਨ ਜੀ ਸਾਡੇ ਕੋਲ, ਤੇ ਬਾਕੀ ਮੁਲਾਜ਼ਮ ਹੈ ਕੋਈ ਮੇਰਾ ਖਿਆਲ 30-35 35 ਮੁਲਾਜ਼ਮ ਨੇ ਜੀ, ਕੰਮ ਕਰ ਰਹੇ ਨੇ ਔਰ ਮਾਸ਼ਾਅੱਲਾ ਬੜਾ ਅੱਛਾ ਕੰਮ ਕਰਦੇ ਨੇ, ਅਤੇ ਕਦੀ ਮੁਨਸ਼ੀ ਜਿਹੜਾ ਉਹ ਕਦੀ ਕਦੀ ਦਾਲ ਆ ਜਾਂਦੇ ਨੇ, ਮੁਨਸ਼ੀਆਂ ਤੋਂ ਕੰਮ ਕਰਾਇਆ ਨਹੀਂ ਜਾਂਦਾ, ਲੇਕਿਨ ਇਹ ਬੰਦੇ ਬੜਾ ਕੰਮ ਕਰਦੇ ਨੇ। ਸਰ ਪਰ ਮੰਥ ਸੈਲਰੀ ਕਿੰਨੀ ਭਾਈ ਹੋਰਾਂ ਦੀ ਕਿਹੜੇ ਕੰਮ ਕਰ ਰਹੇ ਨੇ? ਸੈਲਰੀ ਅਸੀਂ ਮੇਰਾ ਖਿਆਲ ਹੈ ਇਲਾਕੇ ਦੇ ਵਿੱਚ ਲੋਕ ਤਾਂ ਦਿੰਦੇ ਪਏ ਨੇ 10-11 ਹਜ਼ਾਰ ਰੁਪਇਆ, ਅਸੀਂ ਮੇਰਾ ਖਿਆਲ ਹੈ 15 ਹਜ਼ਾਰ 17 ਹਜ਼ਾਰ 18-20-21 ਤੱਕ ਦੇ ਰਹੇ ਹਾਂ ਅਸੀਂ, ਤਜਰਬੇ ਦੇ ਹਿਸਾਬ ਨਾਲ, ਹਾਂ ਤਜਰਬੇ ਦੇ ਲਿਹਾਜ਼ ਨਾਲ 25 ਵੀ ਦੇ ਰਹੇ ਹਾਂ ਜੀ, ਹਾਂਜੀ ਲੱਖ ਰੁਪਇਆ ਵੀ ਦੇ ਰਹੇ ਹਾਂ ਜੀ, ਉਹ ਬੰਦਾ ਵੇਖਦੇ ਹਾਂ ਵੀ ਕਿਤਨੀ ਕੈਟਾਗਰੀ ਦਾ ਬੰਦਾ ਹੈ, ਉਸ ਦੇ ਮੁਤਾਬਕ ਉਸ ਨੂੰ ਅਸੀਂ ਸੈਲਰੀ ਦਿੰਦੇ ਹਾਂ। ਮੁਨਸ਼ੀ ਸਾਹਿਬ ਹੋਰ ਕਿਤਨੀ ਲੈ ਰਹੇ ਨੇ? ਮੁਨਸ਼ੀ ਸਾਹਿਬ ਜਿਹੜਾ ਵੱਡਾ GM ਹੈ ਉਹ ਲੱਖ ਰੁਪਇਆ ਲੈ ਰਿਹਾ ਜੀ, ਮਾਸ਼ਾਅੱਲਾ ਜੀ, ਹਾਂਜੀ ਬਾਕੀ ਜਿਹੜੇ ਸੈਕਿੰਡ ਨੇ ਉਹ 40-40 ਹਜ਼ਾਰ ਵੀ ਲੈ ਰਹੇ ਨੇ, 25 ਵੀ ਲੈ ਰਹੇ ਨੇ। ਤੇ ਸਰ ਤਕਰੀਬਨ ਚਾਰਾ ਕਿਤਨਾ ਤੁਸੀਂ ਗੱਡ ਲੈਂਦੇ ਹੋ ਕਿ ਸਾਰੀ ਜਿਹੜੀ ਜ਼ਮੀਨ ਤੁਸੀਂ ਦੱਸੀ ਹੁੰਦੀ ਸਾਰਾ ਚਾਰਾ ਹੀ? ਇਹਦੇ ਵਿੱਚ ਅਸਾਂ ਫਿਲਹਾਲ ਤਾਂ ਹੁਣ 4 ਮੁਰੱਬੇ ਰਕਬਾ ਰੱਖਿਆ, ਬਾਕੀ ਅਸਾਂ ਠੇਕੇ ਦਿੱਤਾ ਜੀ, ਤੇ ਮੇਰਾ ਖਿਆਲ ਹੈ 4 ਮੁਰੱਬੇ ਰਕਬਾ ਸਾਨੂੰ ਬੜਾ ਹੈ, ਠੀਕ ਹੋ ਗਿਆ ਇਸ ਮਾਲ ਵਾਸਤੇ, ਠੀਕ ਹੋ ਗਿਆ ਹਾਂਜੀ। ਕਮਾਦ ਕਿੰਨਾ ਲਾਇਆ ਤੁਸੀਂ? ਕਮਾਦ 20 ਕਿੱਲੇ ਜੀ। ਬਾਰੇ ਥੋੜਾ ਜਿਹਾ ਸਾਨੂੰ ਡਿਟੇਲ ਦਿਓ।
ਮਜ਼ੀਦ ਇਹ ਹੈ ਜੀ ਕਿ ਅਸੀਂ ਆਉਣ ਵਾਲੇ ਵਕਤ ਦੇ ਵਿੱਚ ਜਿਹੜੀ ਇਹ ਨਸਲ ਹੈ ਇਸ ਨੂੰ ਤਾਂ ਛੱਡਣਾ ਹੀ ਨਹੀਂ ਨਾ ਕਿਸੇ ਤਰੀਕੇ ਨਾਲ। ਜੋਟੀ ਜਿਹੜੀ ਹੈ ਪਿਛਲੇ ਪਾਸੇ 2 ਕਿੱਲਿਆਂ ਦਾ ਸ਼ੈੱਡ ਹੈ ਜੀ ਇਸ ਸ਼ੈੱਡ ਦੇ ਪਿਛਲੇ ਪਾਸੇ ਅਤੇ ਉਹਦੇ ਵਿੱਚ ਅਸੀਂ ਜੋਟੀ ਪਾਉਣੀ ਹੈ। ਜੋਟੀ ਅਸੀਂ ਇਹ ਜੰਗ ਦੀ ਬਰੀਡ ਨੂੰ ਅਸੀਂ ਤਿਆਰ ਕਰਨਾ ਸੀ। ਮੱਲੂ ਮੋੜ ਤੋਂ ਲਵਾਂਗੇ ਅੱਛੀਆਂ ਜੋਟੀਆਂ ਜੰਗ ਦੀਆਂ ਅਤੇ ਇਹ ਸਾਹੀਵਾਲ ਨੂੰ ਪ੍ਰਮੋਟ ਕਰਾਂਗੇ। ਅਤੇ ਅੱਗੇ ਜਿਹੜਾ ਇਹ ਅੱਗੇ 6 ਕਿੱਲੇ ਦੇ ਵਿੱਚ ਸ਼ੈੱਡ ਬਣ ਰਿਹਾ ਇਸ ਤੋਂ ਪਿਛਲੇ ਪਾਸੇ, ਉਹਦੇ ਵਿੱਚ ਅਸੀਂ ਜਨਾਬ ਆਪਣਾ ਉਹ ਆਸਟ੍ਰੇਲੀਅਨ ਗਾਈਆਂ ਲੈ ਕੇ ਆਵਾਂਗੇ। ਉਹ ਵੀ ਅਸੀਂ ਤਜਰਬਾ ਕਰਕੇ ਵੇਖਣਾ ਚਾਹੁੰਦੇ ਹਾਂ ਬਈ ਉਹ ਸਾਰੀ ਦੁਨੀਆ ਜੋ ਆ ਕੇ ਗੱਲਾਂ ਕਰਦੀ ਹੈ ਜੀ ਇਹ ਕਰ ਲਓ, ਅਸੀਂ ਆਖਿਆ ਚਲੋ ਅਸੀਂ ਤਜਰਬਾ ਹੀ ਕਰ ਲਈਏ ਉਹਦਾ। ਅਤੇ ਬਾਕੀ ਇਹ ਹੈ ਜੀ ਉੱਥੇ ਹਾਂਗਕਾਂਗ ਦੇ ਵਿੱਚ ਤਾਂ ਸ਼ਾਇਦ ਸਾਡੇ ਜੁਰਾਬਾਂ ਵੀ ਸਾਡੇ ਨੌਕਰਾਣੀਆਂ ਪਾਉਂਦੀਆਂ ਨੇ ਸਾਡੇ ਪੈਰਾਂ ਦੇ ਵਿੱਚ, ਅਤੇ ਇੱਥੇ ਆ ਕੇ ਇਸ ਮਿੱਟੀ ਦੇ ਵਿੱਚ ਮੱਖੀ ਮੱਛਰ ਦੇ ਵਿੱਚ ਵੀ ਆ ਕੇ ਇੱਥੇ ਆਉਂਦੇ ਹਾਂ ਨਾ, ਅਤੇ ਇੰਝ ਮਲੂਮ ਹੁੰਦਾ ਵੀ ਇਸ ਮਿੱਟੀ ਨੂੰ ਚੁੰਮ ਲਈਏ। ਯਾਨੀ ਇਹਦੇ ਵਿੱਚ ਖੁਸ਼ਬੋ ਜਿਹੜੀ ਹੈ ਨਾ ਇਹ ਹੁਣ ਆਲੀ ਹੈ ਨਾ ਰੇਤ ਜਾਨਵਰਾਂ ਦਾ ਪਿਸ਼ਾਬ ਹੈ, ਇਸ ਪਿਸ਼ਾਬ ਇਹ ਮਿੱਟੀ ਜਿਹੜੀ ਗੰਦੀ ਮਿੱਟੀ ਹੈ ਨਾ ਇਹਦੇ ਵਿੱਚੋਂ ਵੀ ਅਤਰ ਦੀ ਖੁਸ਼ਬੋ ਆਉਂਦੀ। ਹਾਂਜੀ ਹਾਂਜੀ ਅਤੇ ਉੱਥੇ ਅਸੀਂ ਸਾਰਾ ਦਿਨ ਕੰਮ ਕਰਦੇ ਹਾਂ ਦਫ਼ਤਰਾਂ ਦੇ ਵਿੱਚ, ਲੇਕਿਨ ਇੱਥੇ ਆ ਕੇ ਅਸੀਂ ਫਾਰਮ ਦੇ ਵਿੱਚ ਫਿਰਦੇ ਹਾਂ ਤਾਂ ਸਿਹਤ ਬਿਹਤਰ ਹੋ ਜਾਂਦੀ ਇੱਥੇ ਆ ਕੇ। ਹੁਣ ਜੀ ਹੈ ਜੀ ਹਾਂ ਤੁਸੀਂ ਰੇਡੀਓ ਤੇ ਲੱਗਣਾ ਅੱਲਾ ਪਾਕ ਇਹਨਾਂ ਦੀ ਸਿਹਤ ਤੰਦਰੁਸਤੀ ਇਹਨਾਂ ਨੂੰ ਦੇਵੇ ਜੀ ਤੇ ਅੱਲਾ ਪਾਕ ਇਹਨਾਂ ਦੇ ਕਾਰੋਬਾਰ ਵਿੱਚ ਬਰਕਤ ਪਾਵੇ। ਬਹੁਤ ਸ਼ੁਕਰੀਆ ਦਾ ਮਜ਼ੀਦ ਫਾਰਮ ਤੁਹਾਨੂੰ ਦਿਖਾ ਰਹੇ ਦੋਸਤ ਦਿਖਾ ਦਿਓ।